ਉਹਨੂੰ ਠੱਲ ਪਾਈ, ਹੋਰ ਇਹ ਜ਼ੁਲਮ ਨੂੰ ਰੋਕਿਆ ਜਿਹੜਾ ਧੱਕਾ ਹੋ ਰਿਹਾ ਸੀ, ਉੱਥੇ ਸਟੈਂਡ ਲਿਆ ਫਿਰ ਉਹਨਾਂ ਨੇ, ਕਿਹਨਾਂ ਕਰਕੇ ਲਿਆ, ਸਾਡੇ ਕਰਕੇ ਲਿਆ। ਇਨ ਪੱਤਰੋਂ ਪਰ ਵਾਰ ਦੀਏ ਸੁਚਾਰ, ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ, ਸਾਡੇ ਵੱਲ ਹੱਥ ਕਰਕੇ ਗਿਆ ਸੀ, ਪਰ ਦੱਸੋ ਜਿਨ੍ਹਾਂ ਵੱਲ ਹੱਥ ਕਰਕੇ ਗਿਆ ਸੀ ਉਹਨਾਂ ਦਾ ਜੀਵਨ ਕਿੱਥੇ ਖੜਾ, ਉਹਨਾਂ ਦਾ ਸਿਸਟਮ ਕਿੱਥੇ ਖੜਾ ਪਿਆਰੇ, ਉਹ ਸੋਚ ਕੇ ਵੇਖੋ। ਫਿਰ ਨੀਹਾਂ ਦੇ ਵਿੱਚ ਚਿਣਿਆ ਗਿਆ ਤੇ ਫਿਰ ਮਾਤਾ ਜੀ ਹੁਣ ਉਡੀਕਦੇ ਨੇ, ਮਾਤਾ ਗੁਜਰ ਕੌਰ ਕੁਝ ਕੁ ਸਮਾਂ ਟਕਾ ਦੇ ਨਾਲ 10-15 ਮਿੰਟ ਬੈਠੋ ਹੋਰ ਪਿਆਰੇ, ਹੋ ਕੰਮ ਕਾਰ ਤੇ ਆਪਾਂ ਚੱਲਦੇ ਹੀ ਰਹਿਣੇ ਨੇ, ਪਰ ਇਹ ਜਿਹੜਾ ਸਮਾਂ ਟਕਾ ਨਾਲੇ ਇਹ ਨਹੀਂ ਮੁੜ ਕੇ ਮਿਲਦਾ। ਉਹਨਾਂ ਦੀ ਯਾਦ ਵਿੱਚ ਜੁੜੇ ਹਾਂ ਜਿਨ੍ਹਾਂ ਨੇ ਸਾਡੇ ਵਾਸਤੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਆਪਾਂ 10 ਮਿੰਟ ਤੱਕ ਸਮਾਪਤੀ ਕਰ ਦੇਣੀ ਹੈ। ਤੇ ਮੋਤੀ ਰਾਮ ਜਦੋਂ ਆਇਆ ਨਾ ਮਾਤਾ ਜੀ ਕੋਲ, ਮਾਤਾ ਜੀ ਪੁੱਛਦੇ ਨੇ ਹੁਣ, ਦਸ ਖਾਂ ਮੋਤੀ ਵੇ ਮੇਰੇ ਲਾਲ ਦੇ ਲਾਲ ਨਿਆਣੇ, ਉਹ ਦਸ ਖਾਂ ਮੋਤੀ ਵੇ ਮੇਰੇ ਲਾਲ ਦੇ ਲਾਲ ਨਿਆਣੇ, ਮਾਤਾ ਜੀ ਮੋਤੀ ਰਾਮ ਨੂੰ ਦੁੱਧ ਲੈ ਕੇ ਆਇਆ ਤੇ ਭੁੱਬਾਈ ਵਾਰਦਾ ਹੁਣ ਰੋਂਦਾ, ਤੇਰੇ ਟੁੱਟ ਕੇ ਲੜੀ ਦੇ ਮੋਤੀ ਮੋਤੀ ਮੇਰਾ ਰੋ ਰੋ ਦੱਸਦਾ, ਤੇਰੇ ਟੁੱਟ ਕੇ ਲੜੀ ਮੋਤੀ ਮੇਰਾ ਰੋ ਰੋ ਦੱਸਦਾ, ਤੇਰੇ ਟੁੱਟ ਕੇ ਲੜੀ ਵਾਲੇ ਮੋਤੀ ਦੱਸਦਾ, ਉਹ ਟੁੱਟ ਕੇ ਲੜੀ ਵਾਲੇ ਮਾਲਾ ਦੇ ਮੋਤੀ ਮੋਤੀ ਮੇਰਾ ਰੋ ਰੋ ਦੱਸਦਾ। ਫਿਰ ਮਾਤਾ ਜੀ ਨੇ ਉੱਥੇ ਹੀ ਸਰੀਰ ਛੱਡ ਦਿੱਤਾ ਸੀ, ਮਾਤਾ ਗੁਜਰ ਕੌਰ ਜੀ ਉੱਥੇ ਹੀ ਸਰੀਰ ਛੱਡ ਦਿੱਤਾ ਸੀ ਠੰਡੇ ਬੁਰਜ ਦੇ ਵਿੱਚ ਹੀ, ਤੇ ਸੰਸਕਾਰ ਕਰਨ ਵਾਸਤੇ ਫਿਰ ਟੋਟਰ ਮੱਲ ਨੇ 78,000 ਸੋਨੇ ਦੀਆਂ ਮੋਹਰਾਂ ਸੀ ਜਿਹੜੀਆਂ ਉਹਨੇ ਖੜੀਆਂ ਕਰਕੇ ਪਹਿਲਾਂ ਜਗ੍ਹਾ ਖਰੀਦੀ, ਫਿਰ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਮਾਤਾ ਗੁਜਰ ਕੌਰ ਜੀ। ਸਭ ਤੋਂ ਮਹਿੰਗੀ ਜਗ੍ਹਾ
ਜੇ ਅੱਜ ਦੁਨੀਆਂ ਦੇ ਵਿੱਚ ਆ ਉਹ ਹੈ ਗੁਰਦੁਆਰਾ ਜੋਤੀ ਸਰੂਪ ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ। ਨਾ ਇੰਨੀ ਮਹਿੰਗੀ ਜਗ੍ਹਾ ਕਿਸੇ ਨੇ ਅੱਜ ਤੱਕ ਖਰੀਦੀ ਆ ਤੇ ਨਾ ਇੰਨੀ ਮਹਿੰਗੀ ਜਗ੍ਹਾ ਅੱਜ ਤੱਕ ਵਿਕੀ ਆ। ਨਾ ਵਿਕੀ ਆ ਨਾ ਕਿਤੇ ਹੈ। ਵੱਡੀਆਂ ਵੱਡੀਆਂ ਕੰਟਰੀਆਂ ਵਾਲਿਆਂ ਨੇ ਚੀਜ਼ ਦੀ ਖੋਜ ਕੀਤੀ, ਸਭ ਤੋਂ ਮਹਿੰਗੀ ਜਗ੍ਹਾ ਕਿੱਥੇ ਆ, ਕਿੱਥੇ ਆ ਸਭ ਤੋਂ ਮਹਿੰਗੀ ਜਗ੍ਹਾ, ਉਹ ਇੰਡੀਆ ਦੇ ਵਿੱਚ ਆ, ਗੁਰਦੁਆਰਾ ਜੋਤੀ ਸਰੂਪ। ਦੀਵਾਨ ਟੋਡਰਮੱਲ ਟੋਡਰਮੱਲ ਨੇ ਫਿਰ ਸਾਹਿਬਜ਼ਾਦਿਆਂ ਦਾ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ। ਉਹ ਸਦਾ ਵਾਸਤੇ ਅਮਰ ਹੋ ਗਏ ਪਿਆਰਿਓ, ਤੇ ਮਹਾਰਾਜ ਤੇ ਸਾਨੂੰ ਅੱਜ ਪੁੱਛਣਗੇ, ਜੇ ਅੱਜ ਪੁੱਛਣ ਸਾਨੂੰ ਧੰਨ ਕਲਗੀਧਰ ਮਹਾਰਾਜ, ਜੇ ਅੱਜ ਆ ਜਾਣ ਅੱਜ ਪੁੱਛਣ ਕੀ ਗੱਲ ਹੋ ਗਈ ਸਿੰਘਾ ਅੱਜ ਤੂੰ ਕੱਲਾ ਤੁਰਿਆ ਆਉਣਾ ਏ, ਕੀ ਗੱਲ ਹੋ ਗਈ ਸਿੰਘਾ ਅੱਜ ਤੂੰ ਨਜ਼ਰਾਂ ਨਹੀਂ ਮਿਲਾਉਣਾ ਏ, ਨਾਲ ਨਹੀਂ ਤੂੰ ਲੈ ਕੇ ਆਇਆ ਜਾਂ ਫਿਰ ਆਉਂਦਾ ਪਿੱਛੇ ਆ, ਤੈਨੂੰ ਸਿੰਘਾ ਦੇ ਕੇ ਗਿਆ ਸਾਂ ਫਤਿਹ ਸਿੰਘ ਮੇਰਾ ਕਿੱਥੇ ਆ, ਤੈਨੂੰ ਦੇ ਕੇ ਗਿਆ ਸੀ ਤੇਰੇ ਵਿੱਚੋਂ ਹੀ ਵੇਖਣਾ ਸੀ ਫਤਿਹ ਸਿੰਘ ਨੂੰ ਕਿੱਥੇ ਆ, ਕਿੱਥੇ ਆ ਫਤਿਹ ਸਿੰਘ ਤੇਰੇ ਵਾਲੇ, ਫਤਿਹ ਸਿੰਘ ਦੇ ਨਾਂ ਤੇ ਫਤਿਹ ਸਿੰਘ ਰੱਖਿਆ, ਉਹਦੇ ਕੇਸ ਰੱਖੇ ਨੇ, ਉਹਨੂੰ ਅੰਮ੍ਰਿਤਧਾਰੀ ਕੀਤਾ, ਉਹਨੂੰ ਬਾਣੀ ਦੀ ਨੌਲੇਜ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਐਜੂਕੇਸ਼ਨ ਦੇ ਨਾਲ ਨਾਲ ਗੁਰਮਤ ਦੀ ਪੜ੍ਹਾਈ ਵੀ ਉਹਦੀ ਸਟਾਰਟ ਕੀਤੀ ਆ ਨਾਲ। ਮਹਾਰਾਜ ਅੱਜ ਵੀ ਸਾਨੂੰ ਪੁੱਛਣਗੇ, ਐਡੀਆਂ ਵੱਡੀਆਂ ਪਿਆਰੇ ਉਹਨਾਂ ਨੇ ਸਾਡੇ ਉੱਤੋਂ ਕੁਰਬਾਨੀਆਂ ਕੀਤੀਆਂ ਨੇ, ਐਡੀਆਂ ਕੁਰਬਾਨੀਆਂ ਕੀਤੀਆਂ ਨੇ, ਬਹੁਤ ਔਖਾ ਇਹ ਸਮਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ